ਇੱਕ 11ਵੀਂ ਕਲਾਸ ਦੇ ਵਿਦਿਆਰਥੀ ਦੀ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ ਹੈ ਜੋ ਬੀਤੇ ਸ਼ੁੱਕਰਵਾਰ ਤੋਂ ਘਰ ਤੋਂ ਲਾਪਤਾ ਸੀ ਅਤੇ ਪਰਿਵਾਰ ਆਪਣੇ ਪੁੱਤ ਦੀ ਭਾਲ ਦੇ ਵਿੱਚ ਜੁਟਿਆ ਹੋਇਆ ਸੀ ਤੇ ਹੁਣ ਬੱਚੇ ਦੀ ਲਾਸ਼ ਨਹਿਰ ਵਿੱਚੋਂ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲ ਦੇ ਇੱਕ 18 ਸਾਲ ਦੇ ਨੌਜਵਾਨ ਦਾ ਉਸਦੇ ਸਾਥੀਆਂ ਵੱਲੋਂ ਹੀ ਮਾਮੂਲੀ ਗੱਲ ਤੋਂ ਕਤਲ ਕਰਕੇ ਉਸਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਬੀਤੇ ਸ਼ੁੱਕਰਵਾਰ ਉਹਨਾਂ ਦਾ ਪੁੱਤ ਮੰਗਤ ਸ਼ਾਮ ਵੇਲੇ ਆਪਣੇ ਮਿੱਤਰਾਂ ਦੇ ਨਾਲ ਗਿਆ ਪਰ ਵਾਪਸ ਨਹੀਂ ਆਇਆ। ਇਸ ਸੰਬੰਧੀ ਪਰਿਵਾਰਕ ਮੈਂਬਰ ਭਾਲ ਕਰਦੇ ਰਹੇ ਪਰ ਉਹ ਨਹੀਂ ਮਿਲਿਆ। ਇਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਆਪਣੇ ਪੱਧਰ ਤੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਮ੍ਰਿਤਕ ਮੰਗਤ ਸਿੰਘ ਦੀ ਲਾਸ਼ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਧਰਾਜ ਵਾਲਾ ਵਿਖੇ ਰਾਜਸਥਾਨ ਨਹਿਰ ਦੇ ਵਿੱਚ ਮਿਲੀ। ਮਾਪਿਆਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ 11ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਤੇ ਇਸਦੇ ਹਮ ਜਮਾਤੀ ਅਤੇ ਹੋਰ ਦੋਸਤਾਂ ਨੇ ਮਾਮੂਲੀ ਗੱਲ ਨੂੰ ਲੈ ਕੇ ਇਸਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਅਤੇ ਹੁਣ NDRF ਦੀ ਟੀਮ ਨੇ ਨਹਿਰ ਦੇ ਵਿੱਚੋਂ ਲਾਸ਼ ਬਰਾਮਦ ਕਰ ਲਈ ਹੈ। ਉਧਰ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਨੌਜਵਾਨ ਦਾ ਬਹੁਤ ਬੁਰੇ ਤਰੀਕੇ ਨਾਲ ਕਤਲ ਕੀਤਾ ਗਿਆ ਤੇ ਪਰਿਵਾਰ ਨੇ ਹੁਣ ਇਨਸਾਫ ਦੀ ਮੰਗ ਕੀਤੀ ਹੈ। ਮੇਰਾ ਨਾਮ ਜੀ ਹਿੰਮਤ ਸਿੰਘ ਆ, ਉਹ ਕਿਲ੍ਹਾ ਪਿੰਡ ਸਾਹਿਬ ਚੰਦ ਰਹਿਣ ਵਾਲਾ। ਮੇਰੇ ਮਾਮੇ ਦਾ ਬੇਟਾ ਜੀ ਮੰਗਤ, ਸ਼ੁੱਕਰਵਾਰ ਦੀ ਰਾਤ ਨੂੰ ਸ਼ਾਮ ਨੂੰ ਘਰੋਂ ਰਲ ਕੇ ਮੁੰਡੇ ਗਏ। ਇਹਨਾਂ ਨੂੰ ਫੋਨ ਫਾਨ ਆਇਆ, ਕਹਿੰਦੇ ਵੀ ਆ ਜਾਓ ਆਪਾਂ ਕੋਈ ਪਾਰਟੀ ਵਗੈਰਾ ਕੁਛ ਕਰਨੀ ਆ, ਵੀ ਆ ਜਾਓ ਕੁਛ ਬਹਿੰਦੇ ਹਾਂ। ਫੋਨ ਕੀਤਾ ਹੀ ਗਏ ਜੀ, ਉਸ ਤੋਂ ਬਾਅਦ ਇਹ ਸ਼ਾਮ ਨੂੰ ਘਰ ਵਾਪਸ ਨਹੀਂ ਆਇਆ। ਅਸੀਂ ਡੀਕਿਆ ਘੰਟਾ ਦੋ ਘੰਟੇ ਡੀਕਿਆ, ਵੀ ਹੁਣ ਵੀ ਆਇਆ। ਮਾਮੇ ਨੇ ਫੋਨ ਵੀ ਕੀਤਾ, ਕਹਿੰਦਾ ਵੀ ਕਿੱਥੇ ਆ ਤੂੰ, ਘਰ ਆ ਜਾ ਮੁੰਡਿਆ। ਅਤੇ ਉਹ ਕਹਿੰਦੇ ਵੀ ਬਸ ਆਉਣਾ ਰੈਡੀ। ਉਦੋਂ ਬਾਅਦ ਫਿਰ ਫੋਨ ਲਾਇਆ ਕੋਈ 15-20 ਮਿੰਟਾਂ ਬਾਅਦ, ਘੰਟੇ ਬਾਅਦ, ਪਰ ਫਿਰ ਫੋਨ ਨਹੀਂ ਲੱਗਿਆ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਫਿਰ ਅਸੀਂ ਭਾਲ ਸ਼ੁਰੂ ਕੀਤੀ ਵੀ ਕਿਤੇ ਆਸੇ ਪਾਸੇ ਕਿਤੇ ਬੈਠੇ ਹੁੰਦੇ ਮੁੰਡੇ, ਨਹੀਂ ਮਿਲਿਆ। ਕਾਫੀ ਭਾਲਦੇ ਰਹੇ, ਫਿਰ ਹੌਲੀ ਹੌਲੀ ਕੀ ਹੋਇਆ ਜੀ, ਅਸੀਂ ਜਿਹੜੇ ਨਾਲ ਇਹਨਾਂ ਦੇ ਮੁੰਡੇ ਗਏ ਸੀਗੇ ਉਹਨਾਂ ਨੂੰ ਅਸੀਂ ਪੁੱਛਗਿੱਛ ਕੀਤੀ। ਬਾਅਦ ਵਿੱਚ ਪਤਾ ਲੱਗਿਆ ਉਹਨਾਂ ਦੇ, ਜਦੋਂ ਪੁੱਛਗਿੱਛ ਕੀਤੀ ਵੀ ਇਸ ਤਰੀਕੇ ਨਾਲ ਮੁੰਡਾ ਮਾਰਿਆ ਅਤੇ ਵੀ ਨਹਿਰ ਦੇ ਵਿੱਚ ਸਿੱਟਿਆ, ਫਿਰ ਉਹਦੀ ਭਾਲ ਕੀਤੀ ਜੀ। ਉਸ ਤੋਂ ਬਾਅਦ ਹੁਣ ਪੁਲਿਸ ਵਾਲਿਆਂ ਨੇ ਮਤਲਬ ਕਿ ਜਦੋਂ ਲਿਆਂਦਾ ਅਤੇ ਉਹਨਾਂ ਨੇ ਹੁਣ ਸਰਕਾਰੀ ਹਸਪਤਾਲ ਮੁਕਤਸਰ ਦੇ ਵਿੱਚ ਕਿਰਾਂ ਲੈ ਕੇ ਗਏ ਆ ਜੀ। ਕਿੱਥੋਂ ਮਿਲੀ ਡੈੱਡ ਬੋਡੀ ਫਿਰ? ਅੱਜ ਡੈੱਡ ਬੋਡੀ ਲੰਬੀ ਤੋਂ ਜੀ। ਓਕੇ ਓਕੇ, ਤੁਹਾਨੂੰ ਮਰਡਰ ਕਰਕੇ ਜਿਹੜੀ ਹੈਗੀ ਉਹ ਸਿੱਟੀ ਗਈ ਜਾ? ਹਾਂ ਜੀ, ਬਹੁਤ ਹੀ ਦਰਦਨਾਕ ਉਹਨਾਂ ਦੀ ਡੈੱਡ ਬੋਡੀ ਅਸੀਂ, ਮੈਂ ਫੋਟੋ ਵੇਖੀ ਆ ਜੀ ਹਜੇ, ਮੈਨੂੰ ਫੋਟੋ ਦੇਖ ਕੇ ਇੰਨਾ ਜ਼ਿਆਦਾ ਫੀਲ ਹੋ ਰਿਹਾ ਕਿ ਬਹੁਤ ਜ਼ਿਆਦਾ ਦਰਦਨਾਕ ਤਰੀਕੇ। ਕਿਹੜੀ ਕਲਾਸ 'ਚ ਪੜ੍ਹਦਾ ਸੀ ਮੁੰਡਾ ਜਿਹੜਾ ਹੈਗਾ ਇਹ ਜਿਹੜੇ ਮ੍ਰਿਤ? 11ਵੀਂ ਕਲਾਸ 'ਚ ਸੀਗਾ ਜੀ। ਤੇ ਉਹ ਜਿਹੜੇ ਨਾਲ ਦੇ ਹੈਗੇ ਜਿਨ੍ਹਾਂ ਤੇ ਹੈਗਾ ਕਿ ਇਹਨਾਂ ਨੇ ਕੀਤਾ ਹੈਗਾ, ਉਹ ਵੀ ਇਸੇ ਨਾਲ ਦੇ ਕਲਾਸਮੇਟ ਹੀ ਆ? ਰਹਿਣ ਵਾਲੇ ਹੀ ਸ਼ਾਇਦ ਹੈਗੇ ਆ ਜੀ ਇਹਨਾਂ ਦੇ ਕਲਾਸ ਦੇ ਵਿੱਚ। ਓਕੇ ਓਕੇ, ਕੀ ਹੈ? ਮੇਰਾ ਨਾਮ ਜੀ ਨਰਮਲ ਸਿੰਘ, ਪਿੰਡ ਮੇਰਾ ਵਾਹਿਵਤਰਾ, ਮੇਰੇ ਰਿਸ਼ਤੇਦਾਰ। ਓਕੇ, ਕੀ ਹੋਇਆ, ਕੀ ਘਟਨਾ, ਕੀ ਹੋਈ? ਇਹਨਾਂ ਨੇ ਇਕੱਠੇ ਮੁੰਡੇ ਪੜ੍ਹਦੇ ਸੀਗੇ। ਓਕੇ, ਅਤੇ ਕੋਈ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀਗੀ ਅਤੇ ਇਹਨਾਂ ਨੇ ਜਦੋਂ ਉਹਨੂੰ ਸੱਦਿਆ ਘਰੋਂ, ਉਦੋਂ ਇਹਨਾਂ ਨੂੰ ਕੁਛ ਪਤਾ ਸੀ ਘਰਦਿਆਂ ਨੂੰ ਵੀ ਫਲਾਣੇ ਮੁੰਡਿਆਂ ਦੇ ਨਾਲ ਗਏ ਆ, ਅਤੇ ਜਦੋਂ ਇਹ ਨਾ ਆਇਆ ਅਤੇ ਉਹ ਮੁੰਡੇ ਇਹਨਾਂ ਦੇ ਨਾਲ ਹੀ ਪੜ੍ਹਾਉਣ ਲੱਗ ਗਏ, ਹੋਰ ਪਾਸੇ ਇਹਨਾਂ ਨੂੰ ਲਈ ਗਏ। ਅਤੇ ਜਦੋਂ ਪੁਲਿਸ ਨੂੰ ਇਹਨਾਂ ਨੂੰ ਫੜਾ ਤਾ, ਥਾਣੇ ਰਿਪੋਰਟ ਕੀਤੀ ਅਤੇ ਪੁਲਿਸ ਨੂੰ ਇਹਨਾਂ ਨੂੰ ਫੜਾਇਆ, ਅਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਮਾੜਾ ਮੋਟਾ ਦੌਕਾ ਦੁੱਕਾ ਮਾਰਿਆ, ਉਦੋਂ ਇਹ ਮੰਨ ਗਏ ਵੀ ਸਾਨੂੰ, ਅਸੀਂ ਨਹਿਰ 'ਤੇ ਜਾ ਕੇ ਮਾਰਿਆ। ਅਤੇ ਪੁਲਿਸ ਨੂੰ ਇਹਨਾਂ ਨੇ ਥਾਂ ਵਿਖਾਤਾ, ਉੱਥੇ ਖੂਨ ਖਿਲਰਿਆ ਪਿਆ ਸੀ, ਉਹਦੇ ਵਾਲ ਵੂਲ ਜਿਹੇ ਖਿਲਰੇ ਪਏ ਸੀਗੇ। ਇਹਨਾਂ ਨੇ ਦੱਸਤਾ ਵੀ ਨਹਿਰ ਸਿੱਟਿਆ,
ਉਸੇ ਨਹਿਰ ਚੋਂ ਦੀ ਲਾਸ਼ ਸੀ। ਓਕੇ, ਕਾਰਨ ਕੀ ਹੈਗਾ, ਕੋਈ ਆਇਆ ਸਾਹਮਣੇ ਜਾਂ ਕੀ? ਕੋਈ ਮੁੰਡਾ ਦੀ ਰੰਜਿਸ਼ ਹੋਊਗੀ ਤੇ ਉਹ ਬੋਲਦੇ ਚੱਲਦੇ ਸੀਗੇ। ਓਕੇ, ਕਿਹੜੀ ਕਲਾਸ ਦਾ ਮੁੰਡਾ, ਕਿਹੜੀ ਦਾ ਸੀਗਾ? 11ਵੀਂ ਦਾ। ਉਹ ਦੂਜੇ ਨਾਲ ਦੇ ਵੀ ਉਸੇ ਕਲਾਸ ਦੇ ਹੀ ਹੈਗੇ? ਨਾਲ ਹੀ ਪੜ੍ਹਦੇ, ਮੈਨੂੰ ਪੱਕਾ ਪਤਾ। ਓਕੇ ਓਕੇ।